ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਮਰਪਣ ਸਕੀਮ ਦੇ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ, ਪਰ ਹੈਰਾਨੀ ਉਦੋਂ ਹੋਈ ਜਦੋਂ ਸਿੱਖਿਆ ਮੰਤਰੀ ਸਾਹਿਬ ਤੋਂ ਸਮਰਪਣ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਹਨਾਂ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਉਹਨਾਂ ਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਦੇ ਬਾਰੇ ਡੀਸੀ ਹੁਸ਼ਿਆਰਪੁਰ ਤੋਂ ਜਾਣਕਾਰੀ ਹਾਸਲ ਕਰਨਗੇ। ਉੱਥੇ ਹੀ ਉਹਨਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਦਿਨਾਂ ਵਿੱਚ ਕਿਸੇ ਵੀ ਨਿੱਜੀ ਸਕੂਲ ਵੱਲੋਂ ਫੀਸ ਲੈਣ ਦੇ ਮੁੱਦੇ 'ਤੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਾਲ ਹੀ 10ਵੀਂ ਕਲਾਸ ਵਿੱਚ ਪੰਜਾਬੀ ਵਿਸ਼ੇ 'ਚੋਂ 27,000 ਵਿਦਿਆਰਥੀਆਂ ਦੇ ਫੇਲ ਹੋਣ ਦੇ ਮੁੱਦੇ 'ਤੇ ਵੀ ਉਹਨਾਂ ਨੇ ਕੋਈ ਸਾਫ਼ ਸ਼ਬਦਾਂ 'ਚ ਜਵਾਬ ਨਹੀਂ ਦਿੱਤਾ। ਇਹਨਾਂ ਗੱਲਾਂ ਨੂੰ ਵੇਖਦੇ ਹੋਏ ਤਾਂ ਇੰਝ ਲੱਗਦਾ ਕਿ ਸਿੱਖਿਆ ਮੰਤਰੀ ਜੀ ਨੂੰ ਅਜੇ ਕਿਸੇ ਗੱਲ ਦਾ ਪਤਾ ਨਹੀਂ, ਫਿਰ ਉਹ ਕਿਸ ਨਾਂ ਦੇ ਸਿੱਖਿਆ ਮੰਤਰੀ ਨੇ? ਦੇਖੋ, ਕਿਸੇ ਨਾ ਕਿਸੇ ਲੈਵਲ 'ਤੇ ਕਮੀ ਪੇਸ਼ੀ ਹੁੰਦੀ ਆ। ਉਹ ਦੌੜ ਕੇ ਰਿਜ਼ਲਟ ਸਾਡਾ ਬਹੁਤ ਮਾੜਾ ਆ, ਸੋ ਇਹ 'ਤੇ ਵਿਚਾਰ ਕੀਤਾ ਜਾ ਰਿਹਾ। ਅੱਜ ਵੀ ਸਾਡੀ ਮੀਟਿੰਗ ਹੈ 4 ਵਜੇ CM ਸਾਹਿਬ ਨਾਲ, ਸਾਰੇ ਡਿਪਾਰਟਮੈਂਟ ਦੇ ਅਫਸਰ ਜੋ ਉੱਥੇ ਐਜੂਕੇਸ਼ਨ ਦੇ ਬੁਲਾਏ ਨੇ, ਸੋ ਜਿੱਥੇ ਵੀ ਕੋਈ ਕਮੀ ਪੇਸ਼ੀ ਆ ਉਹਨੂੰ ਅਸੀਂ ਠੀਕ ਕਰਾਂਗੇ। ਅਜੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ, ਜਦੋਂ ਕੋਈ ਫੈਸਲਾ ਹੋ ਗਿਆ ਤੁਹਾਨੂੰ ਆਪ ਦੱਸਾਂਗੇ। ਸਮਰਪਣ ਸਿਰਫ ਇੱਕ ਪ੍ਰਾਈਵੇਟ ਨਿੱਜੀ ਕਰਕੇ ਚੱਲ ਰਿਹਾ, ਸਰਕਾਰ ਦਾ 'ਚ ਕੀ ਯੋਗਦਾਨ ਆ ਜੀ? ਸਰਕਾਰ ਦਾ ਯੋਗਦਾਨ ਹੈ, ਮੈਂ ਸਾਰਾ ਹਜੇ ਮੈਂ ਇਹਨਾਂ ਨੂੰ ਪੁੱਛਣਾ, ਡਿਪਟੀ ਕਮਿਸ਼ਨਰ ਸਾਹਿਬ ਨੂੰ ਸਾਰਾ ਮੈਨੂੰ ਬਰੀਫ ਕਰ ਲਈਆਂ, ਫਿਰ ਮੈਂ ਸਾਰਾ ਪੰਜਾਬ ਲੈਵਲ ਤੱਕ ਜਾਊਂਗੇ। ਹਾਂ, ਪੱਕਾ ਪੱਕਾ ਪੱਕਾ।